ਏ ਆਕਾਸ਼ ਵਣੀ ਜੰਮੂ ਹੈ ਹੰਦੂਸ ਜਗਬੋਨ ਸ਼ਰਮਾ ਕੋਲਾ ਖਬਰਾਂ ਸੁਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਆਜਾਖਿਆ ਜਿ ਭਾਰਤ ਦੀ ਸੰਸਕ੍ਰਿਤੀ ਸਮਾਜੀ ਟਾਂਚਾ ਅਧਿਆਤਮ ਤੇ ਆਦਰਸ਼ ਸਦਾ ਥਮਾ ਕੇ ਲੋਕ ਕੀ ਹੀ जोड़ने अपनाने ते अपने गले कने लाने दी परंपराएं की पाल देते जिंदा रखते दे आए ना अंतरराष्ट्रीय योग दिवस ते मौके पर एक वीडियो स्नेह राएं लोक की मुबारकबाद दंदी हुई मोती और आंखे जो योगिक नरोए ते ताकतवर समाज तन निर्माण करता है जिथे किथे रलिए काम करने शक्ति दी शक्ति ते ऊर्जा मती हुंदी है उन्हें दस्या जे आज पार्टिय समय मुजुब सन्या 5:30 बजे संयुक्त राष्ट्र मुख्यालय च योग दिवस समारोह ओ इस संलग्न उन्हें आंखे जो योग दिवस ते मौके पर 180 ਮੁਲਖਿਆਸਿਆ ਕਿੱਥੇ ਮਿਲੀ ਏ ਤਿਹਾਰਾ ਮਨਾਣਾ ਇੱਕ ਇਤਿਹਾਸਿਕ ਮੌਕਾ ਹੈ ਜਿਹੜਾ ਪਹਿਲੇ ਕਦੇ ਦੇਖਣੇ ਕੀ ਨਹੀਂ ਲੱਭਾ ਉਨੀਆਂ ਅੱਖਾਂ ਦੇ ਯੋਗ ਅਜ ਇੱਕ ਗਲੋਬਲ ਸਪਿਰਿਟ ਮਤਲਬ ਕੁਲ ਸੰਸਾਰੀ ਸਦਾ ਇੱਕ ਜਜ਼ਬਾ ਬਣੇ ਚੁੱਕਾ ਦਾ ਜਿਹੜਾ ਪੂਰੀ ਦੁਨੀਆ ਚ ਵਸੁਦੇਵ ਕੁਟੂਮਕਮ ਦਾ ਸੰਦੇਸ਼ ਫੈਲਾ ਕਰਦਾ ਹੈ ਪ੍ਰਧਾਨ ਮੰਤਰੀ ਉਨੀਆਂ ਅੱਖਾਂ ਦੇ ਵਸੁਦੇਵ ਕੁਟੂਮਕਮ ਦੀ ਪਾਵਨਾਗੀ ਤਿਆਨਾਜ ਰੱਖਦੇ ਹੋਈ ਇਸ ਬਾਰੇ ਜੀ20 ਸ਼ਿਖਰ ਸੰਮੇਲਨ ਦਾ ਵਿਸ਼ੇ ਵੀ ਇੱਕ ਧਰਤੀ ਇੱਕ ਪਰਿਵਾਰ ਤੇ ਇੱਕ ਭਵਿਕ ਰੱਖਿਆ ਗਿਆ ਹੈ ਪਾਰੇ ਤੇ ਅਮਰੀਕਾ ਦੇ ਰਾਜਦੂਤ 에릭 ਗਾਰਸੇਟੀ ਨੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਾ ਅਮਰੀਕਾ ਦਾ ਰਾਜਕੀ ਯੋਦਰਾ ਦੋਨੇ ਮੁਲਕਾਂ ਵਿਚਕਾਰ ਦਪੱਖੀ ਸਰਬੰਧਾਂ ਦੀ ਔਰ ਨਿਗਰ ਬਣਾਉਣੇ ਚ ਮਤਾਕਾਰੀ ਦਾ ਸਬਤੋਗ ਉਹਨੇ ਆਖਿਆ ਜੇ ਇੱਕ ਹਫਤਾ ਇੱਕ ਐਸਾ ਮਤ ਪੂਨ ਪਲ ਸਬਤੋਗ ਜਿਦਨੇ ਸਮੇ ਦੀ ਰਫਤਾਰ ਤੇ ਇਤਿਹਾਸ ਦਾ ਰੁਖ ਬਦਲੀ ਜਾਗ ਕਿ ਜਦ ਉਹ ਮੁਲਕ ਜਿਹੜੇ ਜੇ ਦੁਨੀਆ ਦੇ ਦੋ ਵੱਡੇ ਤੇ ਪੁਰਾਣੇ ਲੋਕਤੰਤਰ ਕਿੱਥੇ ਰਲਿਏ ਇਮਾਨਦਾਰੀ ਤੇ ਖੁਸ਼ਹਾਲੀ ਦੇ ਬੱਤਾ ਪਰ ਤੇਜ਼ੀਆ ਕਰਨੇ ਅਗਲੇ ਪਾਰਟ ਅਮਰੀਕਾ ਵਪਾਰ ਪਰਿਸ਼ਦਾ ਸਿਆ ਅਮਰੀਕੀ ਰੱਖਿਆ ਮੰਤਰਾਲੇ ਤੇ ਪਾਰਤ ਦੇ ਰੱਖਿਆ ਉਤਪਾਦਨ ਵਿਭਾਗ ਨੇ ਲਈਏ ਲੁਆਏ ਗਏ ਦੇ ਇੱਕ ਕਾਰਜਕ੍ਰਮ ਇੰਡਸ ਐਕਸ ਕਾਨਫਰੰਸ ਕੀ ਸੰਬੋਧਿਤ ਕਰ ਦਿਓ ਯੋ ਨੇ ਆਖਿਆ ਜੇ ਇਹ ਮੌਕਾ ਕੇਸ਼ ਇਸ ਚਾਲੀ ਦਾ ਚਾਹਸ ਦਵੇ ਮੁਲਕ ਦੋ ਮਿੱਤਰਿਆਂ ਨਾਲ ਲੇਖਾ ਇੱਕ ਲੰਬੀ ਯਾਤਰਾ ਲਈ ਇੱਕੇ ਗੱਡੀ ਚ ਬਈਏ ਦੇ ਆ ਅਮਰੀਕਾ ਦੀ ਯਾਤਰਾ 'ਤੇ ਗਏ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਔਰ ਨਿਊਯਾਰਕ ਚ ਟੈਸਲਾ ਮੋਟਰ ਦੇ ਮੁੱਖ ਕਾਰਜਕਾਰੀ ਅਫਸਰ ਐਲਨ ਮਸਕ ਹੁੰਦੇ ਨੇ ਮਿਲੇ ਤੇ ਨਵੀਆਂ ਤਕਨੀਕਾਂ ਕੀ ਹਰ ਕਿਸੇ ਦੇ ਪੁੱਜਜ ਤੇ हर थारे तगर उपलब्ध कराने के उन्द्र जतने दी सराहना कीती मोदी की और भारत आने ते इ इलेक्ट्रॉनिक गड्डियां दे क्षेत्र च संभावनाए दा पता लाने ते अंतरिक्ष क्षेत्र की व्यवसायिक रूप से इस्तेमाल करने के कमें विस्तार करने गै रास पूंजी लाने दे बख के बहलुए दिखने ते महसूस करने सा दित्ता मस्क हो भारत आने अपनी उत्सुकता ते दिलचस्पी प्रगट कीती ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਆਖਿਆ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਭਾਰਤ ਨੇ ਬਾਗਵਾਕ ਖੇਤਰੇ ਚ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨਾ ਤੇ ਅੱਜ ਇਹ ਦੁਨੀਆ ਦੀ ਸਭਨੇਸ਼ਾ ਤੇਜ਼ ਰਫ਼ਤਾਰ ਕਨੇ ਬ੍ਰੋਸ ਕਰਦੀ ਅਰਥਵਿਵਸਥਾ ਬਣੀ ਗਈ ਦੇ ਉਹਨੀਆਂ ਆਖੇ ਜੀ 2014 ਚ 6250 ਸਟਾਰਟਅਪਸ ਕਨੇ ਸ਼ੁਰੂਆਤ ਕਰਨ ਦੇ ਬਾਅਦ ਭਾਰਤ ਕਾਸ਼ ਇਸਲੇ ਆਪਣੇ 100 ਕੁਲਾ ਮਤੇ ਯੂਨੀਕੌਰਨ ਕਲ ਸੰਜਾਇਕ ਵਪਾਰ ਸੰਮੇਲਨ ਕੀ ਸੰਬੋਧਿਤ ਕਰਦਿਓਈ ਬੰਤੀ ਹੋਈ ਬੰਤੀ ਹੋਈਆਂ ਕਿ ਪਿਛਲੇ 9 ਬਰਿਆਂ ਦੌਰਾਨ ਵਪਾਰ ਕਾਰੋਬਾਰ ਲਈ ਮਾਫਕ ਮੋਲ ਤੇ ਸੁਵਿਧਾ ਉਪਲਬਧ ਕਰਾਉਣ ਲਈ ਜਿਹੜੇ ਯਤਨ ਸਰਕਾਰਾਂ ਸਿਆ ਕੀਤੇ ਗਏਦਨ ਉਹਨਾਂ ਨੇ ਭਵਿੱਖ ਲਈ ਇੱਕ ਮਜ਼ਬੂਤ ਬੁਨਿਆਦ ਤਿਆਰ ਹੋਈ ਚੁਕੀ ਦੀ ਹੈ ਸ਼੍ਰੀਮਦਾ ਜੀ ਦੀ ਇਸ ਬਾਰੇ ਦੀ ਸਾਲਾਨਾ ਯਾਤਰਾ ਹਸਤੇ ਕੀ ਤਜਾਰਦੇ ਪ੍ਰਬੰਧਿਤਤਾ ਜਾਜਲ ਲੈਣ ਲਈ ਯੋਜਨਾ ਵਿਕਾਸ ਤੇ ਨਿਗਰਾਨੀ ਵਾਲੇ ਮਹਿਕਮੇ ਦੇ ਸਚੇਵ ਡਾਕਟਰ ਰਾਘਵ ਲੰਗਰੋਰੇ ਕੱਲ ਬਾਲਟਾਲ ਦਾ ਵਿਆਪਕ ਦੌਰਾ ਲਾਇਆ ਇਸ ਮੌਕੇ ਪਰ ਡਾਕਟਰ ਲੰਗਰੋਰੇ ਬਾਲਟਾਲ ਚ ਪਾਣੀ ਤੇ ਬਿਜਲੀ ਦੇ ਪ੍ਰਬੰਧੇ ਸਨ ਟੈਂਟ ਲਾਣੇ ਸਫਾਈ ਸੁਥਰਾਈ ਤੇ ਔਰ ਦੂਵੇ ਪ੍ਰਬੰਧਨ ਦੀ ਸਮੀਖਿਆ ਕੀਤੀ ਪ੍ਰਬੰਧਿਤਤਾ ਜਾਜਲੈਂਦ ਹੋਈ ਉਹਨੇ ਮੁਤਲਕਾ ਮਹਿਕਮੇ ਕੀ ਨਿਰਦੇਸ਼ ਜਾਰੀ ਕਰਦੇ ਹੋਏ ਆਖਿਆ ਜੋ ਤੰਦਈ ਕਰਨੇ ਕੰਮੇ ਕੇ ਅੰਜਾਮ ਦੇਣ ਤਾਂ ਜੇ ਸਭ ਕੰਮ ਬੇਲੇ ਸਿਰ ਤੋੜ ਚੜੀ ਜਾਣ ਡਾਕਟਰ ਲੰਗਰੋ ਨੇ ਇੱਕ ਬੈਠਕ ਦੀ ਪ੍ਰਧਾਨਤਾ ਵੀ ਕੀਤੀ ਜਜੇ ਚੁਨੇ ਉਪ ਰਾਜਪਾਲ ਮਨੋਤ ਚੰਨਹੋਂ ਦੇ ਪਾਸਿਆ ਬਾਲਟਾਲ ਦੌਰੇ ਦੌਰਾਨ ਦਿੱਤੇ ਗਏ ਨਿਰਦੇਸ਼ਾਂ ਉਪਰ ਕੀਤੀ ਗਈ ਦੀ ਕਾਰਵਾਈਆਂ ਦੀ ਵਿਆਪਕ ਤੌਰ ਆਪਰ ਸਮੀਖਿਆ ਕੀਤੀ ਉਹਨਾਂ ਯਾਤਰਾ ਰਾਂਬੋ ਨੇ ਸ਼ਾ ਪਹਿਲੇ ਪਹਿਲੇ ਸਭ ਬਕਾਇਆ ਪੇ ਦੇ ਕੰਮੇ ਕੀ ਸੁਭੂਰਾ ਕਰਨ ਲਈ ਸਰਬੰਧਿਤ ਮੈਕਮੇਗੀ ਹੁਕਮ ਜਾਰੀ ਕੀਤੇ ਲੈਫਟਨ ਗਵਰਨਰ ਹੋਂ ਦੇ ਆਸਿਆ ਲਾਈ ਗਈ ਦੀ ਬੈਠਕ ਦੌਰਾਨ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਬੀਕਨ ਦੇ ਅਫਸੇਂ ਕੀ ਯਾਤਰਾਲੇ ਰਸਤੇ ਪਰ ਬਕਾਇਆ ਨਿੱਕੇ ਮੁੱਟੇ ਕੰਮੇ ਕੀ ਜਿੰਦੇ ਚ ਬਾੜ लाने ਦਾ ਕੰਮ ਵੀ ਸ਼ਾਮਲ ਹੈ ਤੋੜ ਚਾੜ੍ਹਨੇ ਲਈ ਹੁਕਮ ਜਾਰੀ ਕੀਤੇ ਗਏ ਹੈ ਕੇਂਦਰੀ ਬਿਜਲੀ ਮੰਤਰੀ ਆਰਕੇ ਸਿੰਘ ਨੇ ਆਖਿਆ ਕਿ ਜੇ ਭਾਰਤ ਦੇ ਚ ਬਿਜਲੀ ਦੀ ਦਸਤਾਵੇਬੀ ਗ੍ਰਾਮੀਣ ਇਲਾਕਿਆਂ ਚ ਇੱਕ ਦਿਨ ਚ 22 ਸਾਢੇ ਘੰਟੇ ਤੇ ਸ਼ਹਿਰੀ ਇਲਾਕਿਆਂ ਚ 23.5 ਘੰਟੇ ਤੱਕਰ ਪਹੁੰਚ ਗਈ ਹੈ ਤੇ ਸਰਕਾਰ ਦਾ ਲਕਸ਼ਿ ਸੀ 24 ਘੰਟੇ ਤੱਕਰ ਪਹੁੰਚਾਣਾ ਹੈ ਮਤਲਬ ਸਮੁੱਚੇ ਮੁਲਕਾ ਚ ਲੋਕਾਂ ਕੀ 24 ਘੰਟੇ ਵਿਜ਼ਨ ਕੋ ਸੇ ਤੋੜੇ ਦੇ ਬਿਜਲੀ ਉਪਲਬਧ ਹੋਵੇ ਕੱਲ ਨਵੀਂ ਦਿੱਲੀ ਚ ਊਰਜਾ ਨਿਰਦੇਸ਼ਤਵ ਸੰਮੇਲਨ ਤੇ ਸਨਮਾਨ ਸਮਾਰੋਹ ਕੀ ਸੰਬੋਧਿਤ ਕਰਦੀ ਹੋਈ ਆਰਕੇ ਸਿੰਘ ਨੇ ਆਖਿਆ ਜੇ 2014 ਦੇ ਬਾਅਦ ਭਾਰਤ ਨੇ ਬਿਜਲੀ ਪੈਦਾ ਕਰਨ ਦੀ अपनी क्षमता एक सौ चौरासी गीगावाट बधाइए कुल क्षमता की चार सौ सतारह गीगावाट तक पुजाई दिता है उन्हें आखिया जो सरकार बिजली क्षेत्र की और मता तगड़ा बनाने के लिए अनथक जतन करा कर करती है ये करने के खबरें का एक बुलेट समाप्त हो